ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੱਥ ਬੰਨ ਕੇ ਬੇਨਤੀ ਹੈ ਜੀ, ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਤੁਹਾਡੇ ਸ਼ੇਅਰ ਕਰਨ ਦੇ ਨਾਲ ਇਹ ਛੋਟਾ ਜਿਹਾ ਜਿਹੜਾ ਬੱਚਾ ਇਹ ਆਪਣੇ ਘਰ ਪਹੁੰਚ ਸਕਦਾ। ਇਹ ਵਿਚਾਰਾ ਬੱਚਾ 5-6 ਸਾਲ ਜਿਹਦੀ ਉਮਰ ਆ, ਆਪਣਾ ਨਾਮ ਰਾਜੂ ਦੱਸਦਾ, ਹੋਰ ਕੁਛ ਨਹੀਂ ਦੱਸਦਾ, ਨਾ ਮਾਂ ਦਾ ਨਾਂ, ਨਾ ਬਾਪ ਦਾ ਨਾਂ, ਨਾ ਕਿੱਥੋਂ ਆਇਆ, ਇਹ ਕੁਛ ਨਹੀਂ ਦੱਸਦਾ। ਇਹ ਰਾਤ ਰੇਲਵੇ ਸਟੇਸ਼ਨ ਤੋਂ ਮਿਲਿਆ ਜੀ, ਫਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ ਰੇਲਵੇ ਪੁਲਿਸ ਨੂੰ ਮਿਲਿਆ ਸੀ, ਅਤੇ ਉਹਨਾਂ ਨੇ ਇੱਥੇ ਫਿਰੋਜ਼ਪੁਰ ਬਾਲ ਭਲਾਈ ਕਮੇਟੀ ਜਿਹੜੀ ਉੱਥੇ ਪਹੁੰਚਦਾ ਕਰਤਾ ਸੀਗਾ ਜੀ। ਅਤੇ ਇਹ ਬੱਚੇ ਦੀ ਵੀਡੀਓ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਤੁਹਾਡੇ ਸ਼ੇਅਰ ਕਰਨ ਦੇ ਨਾਲ ਇਹ ਛੋਟਾ ਜਿਹਾ ਬੱਚਾ ਪਤਾ ਨਹੀਂ ਕਿਵੇਂ ਆਪਣੇ ਮਾਂ ਬਾਪ ਨਾਲੋਂ ਵਿਛੜ ਗਿਆ, ਪਤਾ ਨਹੀਂ ਕਿਵੇਂ ਟ੍ਰੇਨ ਚੜ੍ਹ ਕੇ ਫਿਰੋਜ਼ਪੁਰ ਪਹੁੰਚ ਗਿਆ, ਇਸ ਚੀਜ਼ ਦਾ ਕੁਛ ਨਹੀਂ ਪਤਾ, ਨਾ ਇਹ ਕੁਛ ਦੱਸਦਾ ਜੀ। ਹੱਥ ਬੰਨ ਕੇ ਬੇਨਤੀ ਹੈ, ਤੁਸੀਂ ਆਪਣਾ ਫਰਜ਼ ਨਿਭਾਓ, ਵੀਡੀਓ ਨੂੰ ਵਟਸਐਪ ਗਰੁੱਪਾਂ 'ਚ, ਹੋਰ ਫੇਸਬੁੱਕ 'ਤੇ, ਜਿੱਥੇ ਵੀ ਜਿਹੜੇ ਸੋਸ਼ਲ ਮੀਡੀਆ 'ਤੇ ਤੁਸੀਂ ਸ਼ੇਅਰ ਕਰ ਸਕਦੇ ਜ਼ਰੂਰ ਕਰੋ। ਹੋ ਸਕਦਾ ਤੁਹਾਡੇ ਸ਼ੇਅਰ ਕਰਨ ਦੇ ਨਾਲ ਇਹ ਛੋਟਾ ਜਿਹਾ ਬੱਚਾ ਰਾਜੂ ਜਿਹੜਾ ਇਹ ਆਪਦੇ ਘਰ ਤੱਕ ਪਹੁੰਚ ਜਾਏ ਜੀ। ਇਹਦੇ ਮਾਂ ਬਾਪ ਪਤਾ ਨਹੀਂ ਕਿੱਥੇ ਕਿੱਥੇ ਭਾਲਦੇ ਫਿਰਦੇ ਹੋਣੇ ਵਿਚਾਰੇ ਨੂੰ, ਬੱਚੇ ਨੂੰ ਪਤਾ ਨਹੀਂ ਕਿੱਥੇ ਕਿੱਥੇ ਉਹ ਵਿਚਾਰੇ ਦੇਖਦੇ ਫਿਰਦੇ ਹੋਣਗੇ। ਰਾਜੂ ਕੁਛ ਜ਼ਿਆਦਾ ਦੱਸ, ਰਾਜੂ ਮੰਮਾ ਦਾ ਨਾਮ ਕੀ ਹੈ ਪੁੱਤ? ਕਿੱਥੋਂ ਆਇਆ ਤੂੰ? ਦਿੱਲੀ ਤੋਂ ਆਇਆ? ਦਿੱਲੀ ਤੋਂ ਹੈਂ? ਰਾਜੂ ਕਿੱਥੋਂ ਆਇਆ ਤੂੰ? ਚੀਜ਼ੀ ਖੜੀ ਆ? ਕੁਛ ਵੀ, ਬਸ ਸਿਰਫ ਇਹਨੇ ਆਪਣਾ ਨਾਮ ਰਾਜੂ ਦੱਸਿਆ ਜੀ, ਹੋਰ ਕੁਛ ਨਹੀਂ ਦੱਸਿਆ। ਹੱਥ ਬੰਨ ਕੇ ਬੇਨਤੀ ਆ, ਇਹ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ। ਵੀਡੀਓ ਦੇ ਥੱਲੇ ਸਾਡੇ ਨੰਬਰ ਲਿਖੇ ਆ, ਜੇ ਕੋਈ ਵੀ ਬੱਚੇ ਨੂੰ ਪਛਾਣਦਾ, ਇਹਨਾਂ ਦਾ ਰਿਸ਼ਤੇਦਾਰ ਜਾਂ ਕੋਈ ਇਹਨਾਂ ਦਾ ਘਰ ਵਾਲਾ ਜਾਂ ਕੋਈ ਵੀ, ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰਿਓ। ਹੁਣ ਇਹਨੂੰ ਰਾਧਾ ਕ੍ਰਿਸ਼ਨ ਧਾਮ ਫਰੀਦਕੋਟ ਜਿਹੜਾ ਉੱਥੇ ਆਸ਼ਰਮ ਬਣਿਆ ਬੱਚਿਆਂ ਦਾ ਜੀ, ਉੱਥੇ ਭੇਜਣ ਲੱਗੇ ਹਾਂ। ਪਲੀਜ਼ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਇਹ ਬੱਚਾ ਆਪਣੇ ਘਰਦਿਆਂ ਤੱਕ, ਆਪਣੇ ਮਾਂ ਬਾਪ ਤੱਕ ਪਹੁੰਚ ਸਕੇ ਜੀ। ਹੁਣ ਅਸੀਂ ਆਪਣਾ ਫਰਜ਼ ਨਿਭਾਤਾ ਵੀਡੀਓ ਬਣਾ ਕੇ, ਹੁਣ ਤੁਸੀਂ ਸ਼ੇਅਰ ਕਰਕੇ ਆਪਣਾ ਫਰਜ਼ ਨਿਭਾਉਣਾ ਜੀ। ਜ਼ਰੂਰ ਵੀਡੀਓ ਸ਼ੇਅਰ ਕਰਿਓ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।